ਕਰਦੀਆਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੁਹਾਡੇ ਸਬਦਾ ਬਹੁਤ ਬਹੁਤ ਧੰਨਵਾਦ ਸ਼੍ਰੀਕਲ ਜੀ ਉਮੀਦ ਕਰਦੀਆਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੁਹਾਡੇ ਸਬਦਾ ਬਹੁਤ ਬਹੁਤ ਧੰਨਵਾਦ ਤੁਸੀਂ ਕੈਂਪੇਨ ਦੇ ਵਿੱਚ ਹਮ ਹਮਾ ਕੇ ਪਹੁੰਚ ਰਹੇ ਹੋ ਬੜਾ ਸਾਥ ਦੇ ਰਹੇ ਹੋ ਮੈਂ ਕਦੀ ਵੀ ਕਿਸੇ ਸਿਆਸੀ ਬਿਆਨ ਦਾ ਜਵਾਬ ਦੇਣਾ ਜ਼ਿੰਦਗੀ ਚ ਕਦੀ ਠੀਕ ਨਹੀਂ ਸਮਝਿਆ ਪਰ ਮੇਰੇ ਨਾ ਬਿੱਟੂ ਵੀਰ ਜੀ ਦਾ ਇੱਕ ਬਿਆਨ ਆਇਆ ਹੈ ਕੱਲ ਜਿਹਦੇ ਵਿੱਚ ਉਹਨਾਂ ਨੇ ਰਾਜਾ ਜੀ ਦੀ ਮਾਨਸਿਕਤਾ ਤੇ ਕੁਐਸਚਨ ਰੇਜ਼ ਕੀਤਾ ਤਾਂ ਮੈਂ ਆਪਦੇ ਵੀਰ ਨੂੰ ਉਹਦਾ ਜਵਾਬ ਦੇਣਾ ਜ਼ਰੂਰ ਚਾਹੂੰਗੀ ਬਿੱਟੂ ਵੀਰ ਮੈਂ ਤੁਹਾਨੂੰ ਦੱਸਣਾ ਚਾਹਣੀ ਹੈ ਕਿ ਜਿਹੜੀ ਗੱਲਬਾਤ ਰਾਜਾ ਜੀ ਨੇ ਕੀਤੀ ਲੋਕਾਂ ਦੇ ਨਾਲ ਇਸ ਤਰ੍ਹਾਂ ਦੀ ਗੱਲਬਾਤ ਉਹ ਅਕਸਰ ਕਰਦੇ ਰਹਿੰਦੇ ਔਰ ਮੈਂ ਵੀ ਕਰਦੀ ਰਹਿੰਨੀ ਆ ਸਾਡੇ ਪਰਿਵਾਰ ਦਾ ਇੱਕ ਤਰੀਕਾ ਹੈ ਕਿ ਅਸੀਂ ਕਦੀ ਪੜ੍ਹ ਕੇ ਸਪੀਚ ਨਹੀਂ ਬੋਲਦੇ ਜੋ ਦਿਲ ਦੀ ਗੱਲ ਹੁੰਦੀ ਹੈ ਨਾ ਉਹ ਲੋਕਾਂ ਦੇ ਨਾਲ ਸਾਂਝੀ ਕਰੀਦੀ ਔਰ ਬੜੇ ਪਿਆਰ ਨਾਲ ਕਰੀਦੀ ਹੈ ਔਰ ਲੋਕ ਉਸ ਚੀਜ਼ ਨੂੰ ਸਮਝਦੇ ਹੈ ਕਿ ਇਹ ਕਿਸ ਰਵਈਏ ਦੇ ਨਾਲ ਔਰ ਕਿਸ ਲੈਜੇ ਦੇ ਨਾਲ ਗੱਲ ਕੀਤੀ ਜਾ ਰਹੀ ਹੈ ਹੱਸਣਾ ਖੇਡਣਾ ਮਨ ਕਾ ਚਾਓ ਹਾਸਾ ਮਜ਼ਾਕ ਸਾਡੀਆਂ ਸਪੀਚਸ ਦਾ ਇੱਕ ਬੜਾ ਮੇਜਰ ਹਿੱਸਾ ਹੈ ਉਹ ਜਿਹੜੀ ਰਾਜਾ ਜੀ ਗੱਲ ਕਨਵੇ ਕਰਨਾ ਚਾਹ ਰਹੇ ਸੀ ਕਿ ਸਵੇਰ 6 ਵਜੇ ਤੋਂ ਲੈ ਕੇ ਅਮ੍ਰਿਤਾਂ 11 ਵਜੇ ਤੱਕ ਲੋਕਾਂ ਦੇ ਵਿੱਚ ਹਾਜ਼ਰ ਰਹਿੰਦੀ ਹੈ ਇਹ ਗੱਲ ਕਨਵੇ ਕਰਨਾ ਚਾਹ ਰਹੇ ਸੀ ਹਾਸ ਨਾਲ ਲੋਕਾਂ ਨੂੰ ਉਹ ਗੱਲ ਸਮਝ ਆ ਗਈ ਪਰ ਬੜੀ ਹੈਰਾਨੀ ਦੀ ਗੱਲ ਹੈ ਕਿ ਤੁਹਾਨੂੰ ਭਾਜਪਾ ਨੇ ਬਿਨਾਂ ਜਿੱਤਿਆਂ ਮంత్రి ਬਣਾਤਾ ਬੜਾ ਵੱਡਾ ਪਦ ਦੇਤਾ ਪਰ ਤੁਹਾਨੂੰ ਇਹ ਨਿੱਕੀ ਜੀ ਗੱਲ ਸਮਝ ਨਹੀਂ ਆਈ ਜੋ ਰਾਜਾ ਕਨਵੇ ਕਰਨਾ ਚਾ ਰਹੇ ਸੀ ਪਰ ਤੁਸੀਂ ਉਸ ਚੀਜ਼ ਨੂੰ ਤੋੜ ਮੋੜ ਕੇ ਔਰਤਾਂ ਦੇ ਇਨਸਲਟ ਵਾਲ ਪਾਸੇ ਲੈ ਗਏ ਮੈਂ ਤੁਹਾਨੂੰ ਕਹਿਣਾ ਚਾਹੁੰਦੀ ਹਾਂ ਬਾਈ ਗੱਲ ਸੁਣੋ ਮੇਰੀ ਅੱਜ ਮੈਨੂੰ ਪਬਲਿਕ ਲਾਈਫ ਦੇ ਵਿੱਚ ਵਿਚਰਦੀ ਨੂੰ ਇੱਕ ਉਮਰ ਬੀਤ ਗਈ ਅੱਜ 13 ਸਾਲ ਹੋ ਗਏ ਰਾਜਾ ਜੀ ਨੂੰ ਗਿੱਦੜਵਾ ਤੋਂ ਇਲੈਕਸ਼ਨ ਜਿੱਤਿਆ ਜਨਵਰੀ 'ਚ 13 ਸਾਲ ਹੋ ਜਾਣਗੇ ਤੇ 13 ਸਾਲ ਹੋ ਗਏ ਮੈਨੂੰ ਗਿੱਦੜਵਾ ਦੇ ਵਿੱਚ ਪਬਲਿਕਲੀ ਵਿਚਰਦੇ ਹਾਂ ਮੈਂ ਜ਼ਿੰਦਗੀ 'ਚ ਜਿਆ ਆਸਰਾ ਫਾਊਂਡੇਸ਼ਨ ਚਲਾਉਣੀ ਹੈ ਮੈਨੂੰ ਉਹਦੇ ਵਿੱਚ ਕਿਸੇ ਵੀ ਚੀਜ਼ ਦੀ ਜ਼ਰੂਰਤ ਹੁੰਦੀ ਨੇ ਉਹਦੀ ਸਪੋਰਟ ਕੀਤੀ ਹੈ ਔਰ ਉਹਦੀ ਕਾਮਯਾਬੀ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਹੱਥ ਹੈ ਜੇ ਮੈਂ ਅੱਜ ਗਿਦਰਵਾ ਦੇ ਵਿੱਚ ਕੰਟੈਸਟ ਕਰ ਰਹੀ ਐ ਤਾਂ ਔਰ ਉਹਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਹੱਥ ਹੈ ਕਿਉਂਕਿ ਉਹਨਾਂ ਨੇ ਮੈਨੂੰ ਸਟੈਪ ਬਾਈ ਸਟੈਪ ਆਪਦੇ ਨਾਲ ਤੁਰਨਾ ਸਿਖਾਇਆ ਮੈਨੂੰ ਹਮੇਸ਼ਾ ਹੌਸਲਾ ਦਿੱਤਾ ਹੈ ਕਿ ਜੋ ਭਰਾ ਕਰ ਸਕਦੇ ਔਰਤਾਂ ਉਹਦੇ ਨਾਲੋਂ ਵੱਧ ਕਰ ਸਕਦੀਆਂ ਜਦੋਂ ਟਿਕਟ ਮਿਲੀ ਸੀ ਬਾਈ ਮੈਨੂੰ ਉਦੋਂ ਤੁਸੀਂ ਕਹਿੰਦੇ ਸੀ ਰਾਜਾ ਜੀ ਨੇ ਇਹ ਪਤਨੀਵਾਦ ਕਰਤਾ ਉਦੋਂ ਫਿਰ ਤੁਸੀਂ ਤੰਜ ਕੱਸਿਆ ਸੀ ਅੱਜ ਜਿਉ ਹਾਸੇ ਮਜ਼ਾਕ ਦੇ ਨਾਲ ਇਹ ਕਹਿ ਰਿਹਾ ਹੈ ਕਿ ਮੇਰੀ ਵਾਈਫ ਲੋਕਾਂ ਦੇ ਵਿੱਚ 6 ਵਜੇ ਤੋਂ ਲੈ ਕੇ 11 ਵਜੇ ਤੱਕ ਰਹਿੰਦੀ ਹੈ ਆndi ਹੈ ਤੇ ਬਾਈ ਤੁਸੀਂ ਇਹਨੂੰ ਕਹਿੰਨੇ ਔਰਤਾਂ ਦੀ ਬੇਇੱਜ਼ਤੀ ਹੋਗੀ ਕਮਾਲ ਹੋਗੀ ਤੁਹਾਡੇ ਲਈ ਤੁਸੀਂ ਕਹਿਣਾ ਤਉਹਾਨੂੰ ਦਿੱਕਤ ਕੀ ਹੈ ਪ੍ਰੋਬਲਮ ਕੀ ਹੈ ਮੇਰੇ ਵੀਰ ਤੁਹਾਨੂੰ ਮੈਂ ਲੋਕਾਂ ਦੇ ਵਿੱਚ ਜੇ ਅੱਜ ਵਿਚਰ ਰਹੀਆਂ ਔਰ ਅੱਜ ਜੋ ਕੁਝ ਵੀ ਹੈਗੀ ਹੈ ਥੈਟ ਇਜ਼ ਬਿਕੋਜ਼ ਆਫ ਮਿਸਟਰ ਰਾਜਾ ਵੜਿੰਗ ਇਹਦੀ ਸ਼ੁਰੂਆਤ ਮਿਸਟਰ ਰਾਜਾ ਵੜਿੰਗ ਜੀ ਦੇ ਨਾਲ ਵਿਆਹ ਤੋਂ ਬਾਅਦ ਹੋਈ ਮੈਂ ਕਦੀ ਪੋਲਿਟਿਕਸ ਵਿੱਚ ਪਹਿਲਾਂ ਨਹੀਂ ਸੀਗੀ ਮੈਂ ਤੁਹਾਨੂੰ ਦੱਸਣਾ ਚਾਹਣੀ ਹੈ ਬੜੀ ਕਲੀਅਰਲੀ ਪਲੀਜ਼ ਤੁਸੀਂ ਇਸ ਤਰ੍ਹਾਂ ਦੇ ਕੁਝੇ ਮਜ਼ਾਕ ਜਦੋਂ ਕਰਦੇ ਹੋ ਨਾ ਔਰਤਾਂ ਬੜੀ ਚੰਗੀ ਤਰ੍ਹਾਂ ਸਮਝਦੀਆਂ ਨੇ ਬੜੇ ਇਸ ਤਰ੍ਹਾਂ ਦੇ ਲੋਕ ਵੀ ਹੈਗੇ ਨੇ ਜਿਹੜੇ ਆਪਣੀਆਂ ਵਾਈਫਸ ਨੂੰ ਇਸ ਤਰ੍ਹਾਂ ਨਹੀਂ ਸਪੋਰਟ ਕਰਦੇ ਔਰ ਉਹ ਚਾਹੁੰਦੇ ਨਹੀਂ ਕਿ ਲੇਡੀਜ਼ ਅੱਗੇ ਆਉਣ ਮੈਨੂੰ ਤੇ ਇਹ ਲੱਗਦਾ ਕਿ ਤੁਸੀਂ ਇਸ ਤਰ੍ਹਾਂ ਦੀ ਸੋਚ ਲਈ ਕੋ ਵਖਰੇ ਕਦੀ ਪਤਨੀਵਾਦ ਕਹਿ ਕੇ ਰੋਕਣਾ ਚਾਹੁੰਦੇ ਹੋ ਕਦੀ ਇਸ ਤਰ੍ਹਾਂ ਦੇ ਬਿਆਨ ਨੂੰ ਤੋੜ ਮਰੋੜ ਕੇ ਬੇਇੱਜ਼ਤ ਕਰਨਾ ਚਾਹੁੰਦੇ ਹੋ ਪਰ ਭਾਈ ਜੀ ਆ ਮੇਰੀ ਹੱਥ ਬੰਨ ਕੇ ਬੇਨਤੀ ਹੈ ਤੁਸੀਂ ਵੱਡੇ ਭਰਾ ਹੋ ਤੁਸੀਂ ਚੰਗੇ ਨਹੀਂ ਲੱਗਦੇ ਇਸ ਤਰ੍ਹਾਂ ਦੇ ਮਜ਼ਾਕ ਕਰਦੇ ਤੁਸੀਂ ਤੁਹਾਨੂੰ ਭਾਜਪਾ ਨੇ ਇੱਕ ਰੁਤਬਾ ਦਿੱਤਾ ਹੈ ਕਾਂਗਰਸ ਪਾਰਟੀ ਨੇ ਬੜੀ ਵਾਰੀ ਟਿਕਟ ਦੇ ਕੇ ਨਵਾਜ਼ਿਆ ਔਰ ਇਹ ਇਸ ਤਰ੍ਹਾਂ ਦਾ ਰਵਈਆ ਇਸ ਤਰ੍ਹਾਂ ਦੇ ਬਿਆਨ ਲੋਕ ਤੁਹਾਡੇ ਤੋਂ ਉਮੀਦ ਨਹੀਂ ਰੱਖਦੇ ਐਕਸਪੈਕਟ ਨਹੀਂ ਕਰਦੇ ਕਿਰਪਾ ਕਰਕੇ ਇਸ ਤਰ੍ਹਾਂ ਦੀ ਬਿਆਨਬਾਜ਼ੀ ਤੋਂ ਕਲਿਆ ਕਰੋ ਨਾ ਕਰਿਆ ਕਰੋ ਇਸ ਤਰ੍ਹਾਂ ਦਾ ਬਿਆਨ ਤੁਹਾਡੀ ਕੋਜੀ ਮਾਨਸਿਕਤਾ ਨੂੰ ਦਰਸਾਉਂਦਾ ਹੈ ਔਰ ਮੈਂ ਤਾਂ ਸਾਡੇ ਸਤਕਾਰਯੋਗ ਪ੍ਰਧਾਨ ਮੰਤਰੀ ਜੀ ਨੂੰ ਔਰ ਗ੍ਰਹਿ ਮੰਤਰੀ ਜੀ ਨੂੰ ਚਿੱਠੀ ਲਿਖਣਾ ਚਾਹਾਂਗੀ ਕਿ ਇਸ ਤਰ੍ਹਾਂ ਦੀ ਮਾਨਸਿਕਤਾ ਦੇ ਇਨਸਾਨ ਨੂੰ ਤੁਸੀਂ ਮੰਤਰੀ ਬਣਾਇਆ ਹੈ ਔਰ ਇੱਕ ਪਾਸੇ ਤੁਸੀਂ 33% ਰਿਜ਼ਰਵੇਸ਼ਨ ਦੀਆਂ ਗੱਲਾਂ ਕਰਦੇ ਹੋ ਤੁਸੀਂ ਕਰ ਕੀ ਰਹੇ